ਇਹਨਾਂ ਨੇ ਤਾਂ ਸਿੱਖ ਪੰਥ ਦਾ ਬੇੜਾ ਵਾਤਾ। ਜਿੰਨਾ ਨੁਕਸਾਨ ਬਾਦਲਾਂ ਦੇ ਰਾਜ ਦੇ ਵਿੱਚ ਸਿੱਖ ਧਰਮ ਦਾ ਹੋਇਆ, ਹੋਰ ਕਿਸੇ ਦਾ ਨਹੀਂ ਹੋਇਆ। ਅਕਾਲੀ ਦਲ ਖੁਦ ਇਨਵੋਲਵ ਹੈ, ਜਿਹੜਾ ਦਰਬਾਰ ਸਾਹਿਬ 'ਤੇ ਹਮਲਾ ਹੋਇਆ। ਤੁਸੀਂ ਵਿਧਾਨ ਸਭਾ 'ਚ ਜਾ ਕੇ ਤਾਂ ਪਿੰਡਰ ਵਾਲੇ ਸੰਤਾਂ ਨੂੰ ਅੱਤਵਾਦੀ ਕਹਿੰਦੇ ਹੋ, ਅਤੇ ਦੂਜੇ ਪਾਸੇ ਤੁਸੀਂ ਕਹਿੰਦੇ ਹੋ 84 ਸਾਡੇ ਨਾਲ ਕਰੀ। 84 ਕਰਾਉਣ ਵਾਲੇ ਤਾਂ ਤੁਸੀਂ ਹੋ। ਉਹ ਲੋਕ ਪੰਥਕ ਹੈ ਜਿਹੜੇ ਸਰਸੇ ਵਾਲੇ ਦੀਆਂ ਫਿਲਮਾਂ ਲਵਾ ਕੇ ਆਪਦੀ ਸਰਕਾਰ ਦੇ ਵਿੱਚ ਉਹਦੀਆਂ ਜਿਹੜੀਆਂ ਸਿਨੇਮਿਆਂ ਦੀਆਂ ਰਾਖੀਆਂ ਕਰਨੀਆਂ। ਕੀ ਇਹ ਪੰਥਕ ਹੈ? ਸਤਿ ਸ਼੍ਰੀ ਅਕਾਲ ਜੀ, ਤੁਸੀਂ ਲੋਕਰਾਜ ਟੀਵੀ ਨਾਲ ਜੁੜੇ ਹੋਏ ਹੋ। ਮੈਂ ਹਾਂ ਪਰਮਿੰਦਰ ਸਿੰਘ। ਇਸ ਵਕਤ ਮੇਰੇ ਨਾਲ ਪਰਮਿੰਦਰ ਸਿੰਘ ਬਾਲਾਲੀ ਮੌਜੂਦ ਨੇ, ਸਿੱਖ ਆਗੂ ਨੇ। ਗੱਲਬਾਤ ਕਰਾਂਗੇ ਕਿ ਹੁਣ ਜਿਹੜੀਆਂ ਲੋਕ ਸਭਾ ਚੋਣਾਂ ਦਾ ਜਿਹੜਾ ਪ੍ਰਚਾਰ ਹੈ ਬਿਲਕੁਲ ਸਿਖਰਾਂ ਦੇ ਉੱਤੇ ਆ, ਦੋ ਦਿਨਾਂ ਨੂੰ ਵੋਟਾਂ ਪੈ ਜਾਣੀਆਂ ਨੇ। ਗੱਲਬਾਤ ਕਰਦੇ ਹਾਂ, ਕੀ ਮਾਹੌਲ ਹੈ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਪਰਮਿੰਦਰ ਜੀ, ਕੀ ਮਾਹੌਲ ਲੱਗਦਾ ਤੁਹਾਨੂੰ? ਬਹੁਤ ਵਧੀਆ ਮਾਹੌਲ ਹੈ ਜੀ। ਅਤੇ ਜਿਹੜੇ ਆਮ ਲੋਕ ਹੈ, ਲੋਕਾਂ ਦਾ ਇਸ ਵਾਰ ਕਿਸੇ ਵੀ ਪਾਰਟੀ ਬੰਨੀ ਰੁਝਾਨ ਨਹੀਂ ਹੈਗਾ। ਲੋਕਾਂ ਦੇ ਵਿੱਚ ਇੱਕ ਆਵਾਜ਼ ਹੈਗੀ ਹੈ, ਅਤੇ ਇੱਕ ਤਾਂ ਪੰਥਕ ਲਹਿਰ ਚੱਲ ਰਹੀ ਹੈ ਵੀ ਲੋਕਾਂ ਦੇ ਵਿੱਚ ਇਹ ਜਜ਼ਬਾ ਹੈ ਵੀ ਅਸੀਂ ਆਪਣੇ ਪੰਜਾਬ ਨੂੰ, ਆਪਣੀ ਪੰਜਾਬੀਅਤ ਨੂੰ, ਆਪਣੀ ਕੌਮੀਅਤ ਨੂੰ ਬਚਾਉਣਾ। ਇਹ ਇੱਕ ਵੱਡਾ ਫੈਕਟਰ ਹੈ। ਚਾਹੇ ਇਹ ਮੰਨੋ ਵੀ ਕਿਸਾਨੀ ਮੋਰਚੇ ਤੋਂ ਲੋਕਾਂ ਨੇ ਜਿਹੜਾ ਹੈ BJP ਦਾ ਵਿਰੋਧ ਵੀ ਹੈ, ਉਹਨਾਂ ਦੇ ਮਨਾਂ ਦੇ ਵਿੱਚ ਜਿਹੜਾ ਅਕਾਲੀ ਦਲ ਹੈ ਉਹਦਾ ਵਿਰੋਧ ਵੀ ਹੈ। ਅਤੇ ਕਿਉਂਕਿ ਸਾਡਾ 750 ਕਿਸਾਨ ਉੱਥੇ ਜਿਹੜਾ ਹੈ ਸ਼ਹੀਦ ਹੋਇਆ, ਫਿਰ ਸਾਡਾ ਜਿਹੜਾ ਮੈਂ ਕਹੂੰਗਾ ਵੀ ਪਿਛਲੇ 2-3 ਸਾਲਾਂ ਤੋਂ ਜਦੋਂ ਤੋਂ ਦੀਪ ਸਿੱਧੂ ਵਰਗੇ ਸਾਡੇ ਯੋਧੇ ਬੰਦੇ ਇਸ ਫਿਜ਼ਾ ਦੇ ਵਿੱਚ ਆਏ, ਉਹਨਾਂ ਨੇ ਨੌਜਵਾਨਾਂ ਦੇ ਵਿੱਚ ਇੱਕ ਜੋਸ਼ ਭਰਿਆ ਕੌਮੀਅਤ ਦਾ, ਉਹਦਾ ਕਰਕੇ ਕੌਮੀਅਤ ਜਜ਼ਬਾ ਨੌਜਵਾਨਾਂ ਦੇ ਵਿੱਚ ਪਹਿਲੀ ਵਾਰ ਦੇਖਣ ਨੂੰ ਜਿਹੜਾ ਹੈਗਾ ਉਹ ਸਾਨੂੰ ਮਿਲਿਆ ਹੈਗਾ। ਅੱਛਾ, ਕਿਵੇਂ ਵੇਖਦੇ ਹੋ ਜੇ ਗੱਲਬਾਤ ਕਰੀਏ ਪੰਥਕ ਪਾਰਟੀ ਅਕਾਲੀ ਦਲ ਬਾਦਲ ਦੀ? ਉਹਨਾਂ ਨੇ ਪਿਛਲੇ ਦਿਨ ਤੁਸੀਂ ਦੇਖਣਾ ਬੋਰਡ ਵੀ ਲਾ ਦੇਣਾ ਵੀ June 84 ਆ ਗਈ, ਤਾਂ ਦੂਸਰੇ ਪਾਸੇ ਆਪਦੇ ਕੈਂਡੀਡੇਟ ਵੀ ਉਸ ਹਲਕਿਆਂ 'ਤੇ ਖੜ੍ਹੇ ਕੀਤੇ ਹੋਏ ਨੇ ਜਿਹੜਾ। ਹਾਂ ਠੀਕ ਹੈ, ਉਹਨਾਂ ਨੇ ਕੈਂਡੀਡੇਟ ਖੜ੍ਹੇ ਕਰੇ ਹੈ, ਪਰ ਮੈਂ ਇਹ ਗੱਲ ਕਹੂੰਗਾ ਕਿ ਜਿਹੜੇ ਇਹ ਬੋਰਡ ਹੈ ਇਹ ਤਾਂ ਸਦਾ ਲਈ ਲੱਗੇ ਰਹਿਣੇ ਚਾਹੀਦੇ ਹੈ। ਇਹਦੇ 'ਚ ਅਕਾਲੀ ਦਲ ਨੂੰ ਨਹੀਂ ਬਣਨਾ ਚਾਹੀਦਾ, ਸ਼੍ਰੋਮਣੀ ਕਮੇਟੀ ਲਾ ਸਕਦੀ ਹੈ, ਪਰ ਅਕਾਲੀ ਦਲ ਜਿਹੜਾ ਹੈਗਾ ਉਹ ਜਿਹੜਾ ਇਹ June 1984 ਦੇ ਉੱਤੇ ਜਿਹੜਾ ਹੋਰਡਿੰਗ ਲਾਉਂਦਾ ਹੈ, ਅਸੀਂ ਉਹਨੂੰ ਪੁੱਛਣਾ ਚਾਹੁੰਦੇ ਹਾਂ ਵੀ 84 ਦੇ ਵਿੱਚ ਜਿਹੜਾ ਹਮਲਾ ਦਰਬਾਰ ਸਾਹਿਬ 'ਤੇ ਕਾਂਗਰਸ ਦੀ ਸਰਕਾਰ ਵੱਲੋਂ, ਸੈਂਟਰ ਦੀ ਸਰਕਾਰ ਵੱਲੋਂ ਕੀਤਾ ਗਿਆ, ਉਹਦੇ ਵਿੱਚ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਸਪੈਸ਼ਲ ਦੱਸਤਾ ਵੀ ਮੈਂ ਮੀਟਿੰਗਾਂ ਕਰਾਈਆਂ, 6-7 ਮੀਟਿੰਗਾਂ ਹੋਈਆਂ ਸੈਂਟਰ ਨਾਲ। ਅਕਾਲੀ ਦਲ ਖੁਦ ਇਨਵੋਲਵ ਹੈ ਉਹਦੇ ਵਿੱਚ, ਅਕਾਲੀ ਦਲ ਖੁਦ ਇਨਵੋਲਵ ਹੈ। ਜਿਹੜਾ ਦਰਬਾਰ ਸਾਹਿਬ 'ਤੇ ਹਮਲਾ ਹੋਇਆ ਉਹਦੇ 'ਚ ਖੁਦ ਇਨਵੋਲਵ ਹੈ। ਜਦੋਂ ਦਰਬਾਰ ਸਾਹਿਬ 'ਤੇ ਹਮਲਾ ਹੋਣ ਤੋਂ ਬਾਅਦ ਜਿਹੜਾ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਅਗਵਾਈ ਹੇਠ ਬਾਬਾ 18 ਸਿੰਘ, ਜਨਰਲ ਸੁਵੇਗ ਸਿੰਘ, ਭਾਈ ਅਮਰੀਕ ਸਿੰਘ ਜਿੰਨੇ ਸਾਡੇ ਜਰਨੈਲਾਂ ਦੀ ਅਗਵਾਈ ਹੇਠ ਜਿਹੜਾ ਉੱਥੇ ਮਤਲਬ ਸ਼ਹੀਦ ਹੋਏ ਆ ਜਿੰਨੇ ਜਰਨੈਲ, ਉਹਨਾਂ ਨੂੰ ਇਸੇ ਅਕਾਲੀ ਦਲ ਇਹਨਾਂ ਨੂੰ ਵਿਧਾਨ ਸਭਾ ਦੇ ਵਿੱਚ ਇਹ ਅੱਤਵਾਦੀ ਕਹਿੰਦਾ ਰਿਹਾ, ਸੰਤ ਭਿੰਡਰਾਂ ਵਾਲਿਆਂ ਨੂੰ ਅੱਤਵਾਦੀ ਕਹਿੰਦਾ ਰਿਹਾ। ਅਤੇ ਇੱਕ ਪਾਸੇ ਹੁਣ ਇਹਨਾਂ ਦੇ 84 ਯਾਦ ਆਉਂਦੀ, ਇਹਦਾ ਮਤਲਬ ਇੱਕ ਪਾਸੇ ਦੋਹਰੀ ਮਾਪਦੰਡ ਕਿਉਂ? ਤੁਸੀਂ ਵਿਧਾਨ ਸਭਾ 'ਚ ਜਾ ਕੇ ਤਾਂ ਪਿੰਡਰ ਵਾਲੇ ਸੰਤਾਂ ਨੂੰ ਅੱਤਵਾਦੀ ਕਹਿੰਦੇ ਹੋ, ਅਤੇ ਦੂਜੇ ਪਾਸੇ ਤੁਸੀਂ ਕਹਿੰਦੇ ਹੋ 84 ਸਾਡੇ ਨਾਲ ਕਰੀ, 84 ਕਰਾਉਣ ਵਾਲੇ ਤਾਂ ਤੁਸੀਂ ਹੋ। ਇਹਦਾ ਮਤਲਬ ਜੇ ਤੁਸੀਂ ਅੱਤ, ਇਹਦਾ ਮਤਲਬ ਤੁਸੀਂ ਰਲੇ ਪਏ ਹੋ ਕਾਂਗਰਸ ਨਾਲ ਰਲ ਕੇ। ਇਹਨਾਂ ਨੇ ਦਰਬਾਰ ਸਾਹਿਬ 'ਤੇ ਹਮਲਾ ਕਰਵਾਇਆ ਸੀ, ਇਹ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਨਹੀਂ ਪਤਾ।
ਜਿਹੜੇ ਇਹਦੇ ਪ੍ਰਾਣੀ ਕੱਢ ਲਓ ਉਹਦੇ 'ਚ ਸਾਰੀਆਂ ਡੇਟਾਂ ਵਾਈਜ਼ ਅਖਬਾਰਾਂ ਦੇ ਵਿੱਚ ਲੱਗ ਚੁੱਕਿਆ ਕਿ 7 ਮੀਟਿੰਗਾਂ ਸੈਂਟਰ ਨਾਲ ਬਾਦਲ ਟੋੜੇ ਦੀਆਂ ਇਹਨਾਂ ਦੀਆਂ ਸਾਰਿਆਂ ਦੀਆਂ ਹੋਈਆਂ ਸੀ। ਫੇਰ ਜਾ ਕੇ ਦਰਬਾਰ ਸਾਹਿਬ 'ਤੇ ਹਮਲਾ ਜਿਹੜਾ ਉਹਦਾ ਦਿਲ ਪਿਆ ਸੀਗਾ ਸੈਂਟਰ ਸਰਕਾਰ ਦਾ ਵੀ ਇਹਨਾਂ ਨੂੰ ਸਿੱਖਾਂ ਨੂੰ ਪਾੜ ਕੇ, ਅਤੇ ਬਾਦਲ ਤਾਂ ਜਾ ਕੇ ਲੁਕ ਗਿਆ ਸੀ, ਇਹ ਚੰਡੀਗੜ੍ਹ ਵਾਗਿਆ ਸੀ ਪਹਿਲਾਂ ਹੀ ਦਰਬਾਰ ਸਾਹਿਬ 'ਤੇ ਉਦੋਂ ਹਮਲਾ ਹੋਣਾ ਸੀ। ਇਹ ਗੱਲਾਂ ਕਰਨੀਆਂ ਕਿ ਦਰਬਾਰ ਸਾਹਿਬ 'ਤੇ ਹਮਲਾ ਵਾਕਈ ਸਾਡੇ ਜ਼ਖਮ ਜਿਹੜੇ ਅੱਲੇ ਹੈ ਇਹ ਕਦੇ ਨਹੀਂ ਭਰ ਸਕਦੇ। ਅਸੀਂ ਸਾਹਿਬਜ਼ਾਦਿਆਂ ਦੇ ਸ਼ਹੀਦੀਆਂ ਨੂੰ ਨਹੀਂ ਭੁੱਲੇ ਅਤੇ ਅਸੀਂ 84 ਵੀ ਕਦੇ ਨਹੀਂ ਭੁੱਲਾਂਗੇ। 84 ਸਾਡੇ ਯਾਦ ਹੈ, ਅਤੇ ਮੈਂ ਸਿੱਖਾਂ ਨੂੰ ਅਪੀਲ ਕਰਨੀ ਚਾਹੂੰਗਾ ਕਿ 1 ਜੂਨ ਨੂੰ ਦਰਬਾਰ ਸਾਹਿਬ 'ਤੇ ਹਮਲਾ ਹੋਇਆ ਅਤੇ ਬਾਦਲ ਦਲ ਵਾਲਿਆਂ ਨੇ ਹਮਲਾ ਕਰਵਾਇਆ ਅਤੇ ਕਾਂਗਰਸੀਆਂ ਨੇ ਕਰਿਆ, ਇਹ ਦੋਨੇ ਦੋਸ਼ੀ ਹੈ। ਅਤੇ ਜੇ ਤੁਸੀਂ 1 ਜੂਨ ਨੂੰ ਜਦੋਂ ਵੋਟਾਂ ਪਾਉਣ ਜਾਓਗੇ ਪਹਿਲਾਂ ਗੁਰੂ ਘਰ ਤੜ ਕੇ ਨਮਸਤਕ ਹੋ ਕੇ ਜਾਇਓ ਵੀ ਇਹ ਦੋਨੇ ਲੋਕ ਗੁਰੂ ਦੇ ਦੋਸ਼ੀ ਹੈ ਅਤੇ ਅਸੀਂ ਇਹਨਾਂ ਦੋਨਾਂ ਤੋਂ ਬਚ ਕੇ ਅਤੇ ਅਸੀਂ ਉਹ ਧਿਰਾਂ ਆਪਦੀ ਪੰਥਕ ਰਾਜਨੀਤੀ ਚੁਣੀਏ ਜਿਹੜੀ ਕਿ ਪੰਜਾਬ ਅਤੇ ਸਿੱਖ ਕੌਮ ਦੀ ਖਾਤਰ ਲੜਦਿਆਂ ਨੂੰ। ਜਿੱਦਾਂ ਦਰਬਾਰ ਸਾਹਿਬ 'ਤੇ ਹਮਲਾ ਹੋਇਆ ਇਹਨਾਂ ਨੇ ਹੋਰਡਿੰਗ ਲਾ ਤੇ, ਅਤੇ ਹੋਰਡਿੰਗ ਤਾਂ ਇਹਨਾਂ ਨੂੰ ਉੱਦਾਂ ਦੀ ਲਾਉਣੇ ਚਾਹੀਦੇ ਸੀ, ਅੱਜ ਇਹਨਾਂ ਦੇ ਕਿਉਂ ਯਾਦ ਆ ਗਿਆ ਅੱਜ ਸੱਤਾ ਤੋਂ ਬਾਹਰ ਹੋ ਗਏ। ਅਤੇ ਜੇ ਇਹ ਕਹਿੰਦੇ ਹੈ ਜੂਨ 1984 ਦੇ ਵਿੱਚ ਹਮਲਾ ਹੋਇਆ ਅਤੇ ਉਸੇ ਹਮਲੇ ਦੇ ਕਾਰਨ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਆਪਦਾ DIG ਦਾ ਅਹੁਦਾ ਛੱਡ ਕੇ ਅਸਤੀਫਾ ਦਿੱਤਾ ਸੀ ਅਤੇ ਅੱਜ ਤੱਕ ਉਹ ਕੌਮ ਦੀ ਲੜਾਈ ਲੜ ਰਿਹਾ, ਉਹਦੇ 'ਤੇ ਇੰਦਰਾ ਗਾਂਧੀ ਨੂੰ ਗੱਡੀ ਚਾੜਨ ਦਾ ਉਹਦੇ 'ਤੇ ਜਿਹੜਾ ਕੇਸ ਚੱਲਦਾ ਸੀ ਉਸ ਨੂੰ, ਕਿਉਂਕਿ ਉਹ ਮੁੱਖ ਸਾਜਿਸ਼ ਕਰਤਾ ਸੀਗਾ। ਜਿਵੇਂ ਤੁਸੀਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨਹੀਂ ਲਾ ਸਕਦਾ, ਸ਼੍ਰੋਮਣੀ ਕਮੇਟੀ ਲਾ ਸਕਦੀ ਹੈ, ਕੀ ਲੱਗਦਾ ਸ਼੍ਰੋਮਣੀ ਕਮੇਟੀ ਤੋਂ ਲਵਾਏ ਗਏ ਨੇ? ਹਾਂ, ਇਹ ਤਾਂ ਆਪਾਂ ਨੂੰ ਵੀ ਪਤਾ ਵੀ ਸ਼੍ਰੋਮਣੀ ਕਮੇਟੀ ਜਦੋਂ ਬਾਦਲਾਂ ਦੀ ਰਖੇਲ ਹੈਗੀ ਅਤੇ ਇਹ ਸ਼੍ਰੋਮਣੀ ਕਮੇਟੀ ਨੂੰ ਹਮੇਸ਼ਾ ਹੀ ਵਰਤਦੇ ਆ ਗੋਲਕ ਦਾ ਪੈਸਾ, ਅਤੇ ਪਰ ਮੈਂ ਇਹ ਕਹਿਣਾ ਵੀ ਇਹ ਤਾਂ ਪੱਕੇ ਲੱਗਣੇ ਚਾਹੀਦੇ ਆ, ਉਹਦੇ 'ਤੇ ਵੀ ਲੱਗਣਾ ਚਾਹੀਦਾ ਵੀ ਆਹ ਲੋਕਾਂ ਨੇ ਦਰਬਾਰ ਸਾਹਿਬ 'ਤੇ ਹਮਲਾ ਕਰਿਆ, ਆਹ ਲੋਕਾਂ ਨੇ ਦਰਬਾਰ ਸਾਹਿਬ 'ਤੇ ਹਮਲਾ ਕਰਵਾਇਆ। ਅਤੇ ਤੀਜੀ ਜਿਹੜੀ BJP ਹੈ ਉਹ LK ਅਡਵਾਨੀ ਨੇ ਮਾਈ ਕੰਟਰੀ ਮਾਈ ਲਾਈਫ ਕਿਤਾਬ ਦੇ ਵਿੱਚ ਖੁਦ ਲਿਖਤਾ ਕਿ ਇੰਦਰਾ ਗਾਂਧੀ ਦਰਬਾਰ ਸਾਹਿਬ 'ਤੇ ਹਮਲਾ ਨਹੀਂ ਕਰਨਾ ਚਾਹੁੰਦੀ ਸੀ, ਅਸੀਂ ਉਹਨੂੰ ਕਹਿ ਕੇ ਕਰਵਾਇਆ। ਅਤੇ ਕੀ ਕਹਿੰਦੇ ਸੀ ਪੰਥਕ ਪਾਰਟੀਆਂ, ਜਿਵੇਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਗੱਲ ਕਰੀਏ, ਸੁਖਬੀਰ ਸਿੰਘ ਬਾਦਲ ਦੀ ਗੱਲ ਕਰ ਲਈਏ, ਵੀ ਹਰਸਿਮਰਤ ਕੌਰ ਬਾਦਲ, ਇਹ ਕਹਿੰਦੇ ਸੀ ਪੰਥਕ ਆ ਸਾਡੀ ਕੌਮ ਲਈ ਦਰਦ ਹੈ। ਨਹੀਂ, ਪੰਥਕ ਤਾਂ ਹੁਣ ਜਿਹੜੀ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਸਾਫ਼ ਹੀ ਪਤਾ ਲੱਗ ਗਿਆ, ਪੰਥਕ ਲੋਕ ਕੀ ਪੰਥਕ ਲੋਕ, ਪੰਥ ਦੀ ਸਰਕਾਰ ਹੋਵੇ, ਸਿੱਖਾਂ ਦੀ ਸਰਕਾਰ ਹੋਵੇ, ਅਤੇ ਗੁਰੂ ਗ੍ਰੰਥ ਸਾਹਿਬ ਸਾਨੂੰ ਸਭ ਤੋਂ ਪਿਆਰਾ, ਅਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਸਿੱਖਾਂ ਦੀ ਕੋਈ ਸਰਕਾਰ 'ਚ ਹੋਵੇ, ਅਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਇਨਸਾਫ ਮੰਗਣ ਲਈ ਸੰਗਤਾਂ ਸੜਕ 'ਤੇ ਬੈਠੀਆਂ ਹੋਣ, ਉਹਨਾਂ ਤੋਂ ਗੋਲੀਆਂ ਚਲਾ ਕੇ ਬਹਿਬਲ ਕਲਾਂ ਦੇ ਵਿੱਚ 2 ਸਿੰਘ ਸ਼ਹੀਦ ਕਰਤੇ ਹੋਣ, ਅਤੇ ਸੰਗਤਾਂ 'ਚ ਜਾਪ ਕਰਦੀਆਂ ਅਤੇ ਪਾਣੀ ਦੀਆਂ ਵਿਸਾੜਾਂ ਮਾਰੀਆਂ ਜਾਂਦੀਆਂ ਹੋਣ, ਉਹ ਪੰਥਕ ਹੈ ਕੀ? ਉਹ ਲੋਕ ਪੰਥਕ ਹੈ ਜਿਹੜੇ ਸਰਸੇ ਵਾਲੇ ਦੀਆਂ ਫਿਲਮਾਂ ਲਵਾ ਕੇ ਆਪਦੀ ਸਰਕਾਰ ਦੇ ਵਿੱਚ ਉਹਦੀਆਂ ਜਿਹੜੀਆਂ ਸਿਨੇਮਿਆਂ ਦੀਆਂ ਰਾਖੀਆਂ ਕਰਨੀਆਂ, ਕੀ ਇਹ ਪੰਥਕ ਹੈ? ਕੀ ਜਿਹੜੇ ਸਾਡੇ ਨੌਜਵਾਨ ਜੇਲ੍ਹਾਂ 'ਚ ਬੈਠੇ ਹੈ ਉਹ ਬੰਦ ਕਿਹਨੇ ਕਰਾਏ ਹੈ? ਇਸੇ ਪੰਥਕ ਸਰਕਾਰ 'ਚ ਹੋਏ ਹੈ। ਤੁਸੀਂ ਮੈਨੂੰ ਕੋਈ ਪੰਥਕ ਇੱਕ ਗੱਲ ਤਾਂ ਦੱਸ ਦਿਓ ਵੀ ਪੰਥ ਵਾਸਤੇ ਕੌਮ ਵਾਸਤੇ ਆਹ ਕੰਮ ਇਹਨਾਂ ਨੇ ਕਰਤਾ, ਇਹਨਾਂ ਨੇ ਤਾਂ ਸਿੱਖ ਪੰਥ ਦਾ ਬੇੜਾ ਵਾਤਾ, ਜਿੰਨਾ ਨੁਕਸਾਨ ਬਾਦਲਾਂ ਦੇ ਰਾਜ ਦੇ ਵਿੱਚ ਸਿੱਖ ਧਰਮ ਦਾ ਹੋਇਆ ਹੋਰ ਕਿਸੇ ਦਾ ਨਹੀਂ ਹੋਇਆ, ਸਿੱਖ ਧਰਮ ਦਾ, ਸਿੱਖ ਕੌਮ ਦਾ, ਨੌਜਵਾਨੀ ਦਾ ਸਾਡਾ ਬਿਲਕੁਲ ਘਾਣ ਕਰਤਾ ਇਹਨਾਂ ਨੇ ਤਾਂ। ਉਹ ਆਪਣਾ ਜਿਹੜੇ
ਸਾਡਾ ਸਿੰਘ ਸਾਹਿਬ ਮਾਰਿਆ ਕੌਂਕੇ ਸਾਹਿਬ ਜਿਹੜੇ ਪੁਲਿਸ ਅਫਸਰ ਨੇ ਉਹਦੇ 'ਤੇ ਜੇ ਰਾਗੀ ਜਥੇ ਨੂੰ ਕੀਰਤਨ ਕਰਨ ਵਾਸਤੇ ਰਾਗੀ ਜਥੇ ਨੇ ਕਿਹਾ ਵੀ ਅਸੀਂ ਤਾਂ ਉਹਦੇ ਭੋਗ 'ਤੇ ਕੀਰਤਨ ਨਹੀਂ ਕਰਦੇ, ਅਤੇ ਉਹ ਕਹਿੰਦਾ ਵੀ ਜੇ ਕੀਰਤਨ ਨਹੀਂ ਕਰਦੇ ਉਹਨੂੰ ਬਰਖਾਸਤ ਕਰਤਾ, ਉਹਨੂੰ ਬਰਖਾਸਤ ਕਰਤਾ। ਇਹ ਤਾਂ ਐਡੇ ਪੰਥਕ ਹੈ ਕਿ ਜਿਨ੍ਹਾਂ ਲੋਕਾਂ ਨੇ ਸਾਡੇ ਯੋਧਿਆਂ ਨੂੰ, ਸਾਡੀ ਕੌਮ ਦੇ ਜਥੇਦਾਰਾਂ ਨੂੰ ਬੰਦ ਕੱਟ ਕੇ ਸ਼ਹੀਦ ਕੀਤਾ, ਉਹ ਤਾਂ ਇਹਨਾਂ ਦੇ ਖਾਸਮ ਖਾਸ ਹੈ। ਦੀਪਾ ਵੀ ਕਹਿੰਦੇ ਅਸੀਂ ਮੈਂ ਬਠਿੰਡੇ ਲਈ ਬਹੁਤ ਕੁਛ ਕੀਤਾ, ਮੈਂ ਨਿਮਾਣੀ ਸੇਵਾਦਾਰ ਹਾਂ। ਨਹੀਂ ਦੇਖੋ, ਬਠਿੰਡੇ ਲਈ ਬਹੁਤ ਕੁਛ ਕੀਣਾ ਕਰਨਾ ਇੱਕ ਹੋਰ ਗੱਲ ਹੁੰਦੀ ਹੈ, ਪਰ ਸੇਵਾਦਾਰ ਹੋਣਾ ਉਹ ਕੋਈ ਹੋਰ ਗੱਲ ਹੁੰਦੀ ਹੈ। ਸੇਵਾ ਸੂਵਾਦਾਰ ਕੋਈ ਨਹੀਂ ਇਹ, ਠੀਕ ਹੈ, ਇਹ ਸੱਤਾ ਭਾਲਦੇ ਹੈ। ਇਹਨਾਂ ਨੇ 1995 ਦੇ ਵਿੱਚ ਮੋਗੇ ਰੈਲੀ ਕਰਕੇ ਅਕਾਲੀ ਦਲ ਦਾ ਭੋਗ ਪਾਤਾ ਸੀ, ਇਹਨਾਂ ਨੇ ਉਹਦੀ ਪੰਜਾਬੀ ਪਾਰਟੀ ਬਣਾਤੀ ਸੀ ਉਸ ਦਿਨ। ਹੁਣ ਇਹ ਕਹਿੰਦੇ ਅਸੀਂ ਸਿੱਖ ਪਾਰਟੀ ਹੈ ਸਾਡੀ, ਪਹਿਲਾਂ ਇਹ ਤਾਂ ਡਿਸਾਈਡ ਕਰਨ ਵੀ ਸਾਡੀ ਸਿੱਖ ਪਾਰਟੀ ਹੈ ਅਤੇ ਅਸੀਂ 95 ਦੇ ਵਿੱਚ ਪੰਜਾਬੀ ਪਾਰਟੀ ਕਿਉਂ ਬਣਾਈ। ਨਾਲੇ ਇਹਨਾਂ ਦੇ ਜਦੋਂ ਇਹਨਾਂ ਦੀ ਸੱਤਾ ਸੀ, ਜਦੋਂ ਇਹਨਾਂ ਕੋਲ ਪਾਵਰ ਸੀ, ਤਾਂ ਇਹਨਾਂ ਨੇ ਪਤਾ ਕੀ ਕਿਹਾ? ਇਹ ਕਹਿੰਦੇ ਸੀ ਵੀ ਅਸੀਂ ਪੰਜਾਬ ਨੂੰ ਕੱਲੇ ਫੋਰਨੀਆਂ ਬਣਾ ਦਿਆਂਗੇ, ਜਿਹੜੀ ਗੱਲ ਤੁਸੀਂ ਕਹਿੰਦੇ ਹੋ। ਪੰਜਾਬ ਤਾਂ ਬਈਆਂ ਦੀਆਂ ਬਸਤੀਆਂ ਬਣਾਤੀਆਂ, ਪੰਜਾਬ ਦੇ ਵਿੱਚ ਤਾਂ ਬਿਹਾਰ ਦੀਆਂ ਬਸਤੀਆਂ ਬਣੀਆਂ ਪਈਆਂ। MSC ਇੱਥੇ ਜਿੱਤੀਆਂ ਅਤੇ ਹੁਣ ਆਉਣ ਵਾਲੇ ਸਮੇਂ 'ਚ MLA ਜਿੱਤਣਗੇ, ਇੱਥੇ ਸਰਕਾਰਾਂ ਬਣ ਗਈਆਂ। ਮੈਂ ਤੁਹਾਡੇ ਚੈਨਲ ਰਾਹੀਂ ਸਮੁੱਚੇ ਸਿੱਖ ਕੌਮ ਨੂੰ ਇੱਕ ਸੰਦੇਸ਼ ਦੇਣਾ ਚਾਹੁੰਦਾ, ਜੇਕਰ ਅਸੀਂ ਪੰਜਾਬ ਦੀ ਸਿਆਸਤ ਅੱਜ ਵੀ ਨਾ ਸਿਰਜੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਆਹ ਜਿਹੜੇ ਭਈਏ ਆ ਤੁਹਾਡੇ ਕਿਹਾ ਕਰਨਗੇ, ਸਿੱਖੋ ਮੂੰਹ ਟੱਡੋ, ਤੁਹਾਡੇ ਮੂੰਹ 'ਤੇ ਵਿੱਚ ਥੁੱਕਣਾ, ਸਾਡੇ ਮੂੰਹ ਦੇ ਵਿੱਚ ਪਾਣ ਖਾ ਕੇ ਥੁੱਕਿਆ ਕਰਨਗੇ ਜੇ ਅਸੀਂ ਨਾ ਸਮਝੇ। ਸਾਨੂੰ ਸਮਝਣ ਦੀ ਲੋੜ ਆ, ਉਹਦੀ ਪੰਜਾਬ ਦੀ ਸਿਆਸਤ ਸਿਰਜੀਏ। ਕੌਮ ਦਾ ਜਰਨੈਲ ਹੈ ਸਰਦਾਰ ਸਿਮਰਜੀਤ ਸਿੰਘ ਮਾਨ, ਜਿਹੜੇ ਕਹਿੰਦੇ ਆ ਵੀ ਇਹ ਜਰਨੈਲ ਨਹੀਂ ਇਹ ਫਲਾਨਾ ਜ, ਉਹਨਾਂ ਨੂੰ ਕਹੋ ਵੀ 40 ਸਾਲ ਪਹਿਲਾਂ ਤੁਸੀਂ ਲੜ ਕੇ ਦਿਖਾਓ ਕੌਮ ਦੀ ਖਾਤਰ, ਫਿਰ ਪਤਾ ਲੱਗੂ ਵੀ 40 ਸਾਲ ਕਿੰਨੇ ਹੁੰਦੇ ਹੈ। ਉਹ 40 ਸਾਲ ਤੋਂ ਕੌਮ ਦੀ ਲੜਾਈ ਲੜ ਰਿਹਾ, ਜਿਹੜੇ ਸਾਡੇ ਬੰਦੀ ਸਿੰਘ ਬੈਠੇ ਆ ਜਾਂ ਸਿੱਖ ਮੁੱਦੇ ਹੈ, ਜਿੰਨੇ 40 ਸਾਲਾਂ ਤੋਂ ਸਾਡੇ ਨਾਲ ਧੱਕੇ ਹੋਏ ਆ, ਜਿੱਥੇ ਵੀ ਹੋਇਆ ਤਾਂ ਉਹ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਚਟਾਨ ਵਾਂਗ ਲੜਿਆ। ਅਸੀਂ ਕਾਂਗਰਸੀਆਂ ਦੇ ਰਾਜ ਦੇ ਵਿੱਚ ਵੀ ਜੇਲ੍ਹਾਂ ਕੱਟੀਆਂ, ਅਸੀਂ ਬਾਦਲਾਂ ਦੇ ਰਾਜ ਦੇ ਵਿੱਚ ਵੀ ਰਿੱਧਾ ਜੇਲ੍ਹਾਂ ਕੱਟੀਆਂ, ਅਸੀਂ ਹੁਣ ਆਪ ਵਾਲਿਆਂ ਦੇ ਰਾਜ ਦੇ ਵਿੱਚ ਵੀ ਜ਼ੁਲਮ ਸਹਿ ਰਹੇ ਹਾਂ ਅਤੇ ਅੱਜ ਵੀ ਸਾਨੂੰ ਜੇਲ੍ਹਾਂ ਦੇ ਵਿੱਚ ਡੱਕਿਆ ਜਾ ਰਿਹਾ, ਅਤੇ ਸਿੱਖਾਂ ਨੂੰ ਤਾਂ ਇਨਸਾਫ ਹੀ ਨਹੀਂ। ਜੇ ਇਹ ਕਹਿੰਦੇ ਆ ਅਸੀਂ ਪੰਥਕ ਹੈ, ਪੰਥਕ ਕਹਿੰਦੇ ਆ ਨਾ, ਜਿਵੇਂ ਵਿਰਸਾ ਸਿੰਘ ਬਟੂਆ ਵੀ ਕਹਿੰਦੇ ਵੀ ਅਸੀਂ ਤਾਂ ਜੇਲ੍ਹਾਂ ਕੱਟੀਆਂ। ਮੈਂ ਉਹ ਜੇਲ੍ਹਾਂ ਕੱਟੀਆਂ ਉਹ ਜਦੋਂ ਇੱਕ ਪੰਥ ਦੀ ਸੀਮਾ ਹੁੰਦੀ ਹੈ। ਅੱਜ ਮੈਂ ਪੰਥਕ ਏਜੰਡੇ 'ਤੇ ਚੱਲ ਰਿਹਾ, ਜੇ ਕੱਲ੍ਹ ਨੂੰ ਮੈਂ ਥਿੜਕ ਕੇ BJP ਦੇ ਗਿੱਟਿਆਂ 'ਚ ਬਹਿ ਜੂੰ, ਜਾ ਕੇ ਉਹਨਾਂ ਦੀਆਂ ਜੁੱਤੀਆਂ ਚੱਟੂੰ, ਤਾਂ ਫਿਰ ਮੇਰੀ ਕਾਹਦੀ ਪੰਥਕ ਲੈ ਜੇਲ੍ਹਾਂ ਕੱਟੀਆਂ ਹੋ ਗਈਆਂ ਫਿਰ ਮੇਰੀਆਂ? ਬੈਠੇ ਤਾਂ ਤੁਸੀਂ BJP ਦੀਆਂ ਜੁੱਤੀਆਂ 'ਚੋਂ, ਜੁੱਤੀਆਂ ਤੁਸੀਂ ਮੋਦੀ ਦੀਆਂ ਚੱਟਦੇ ਹੋ, ਤੁਸੀਂ ਕੀ ਭਾਲਦੇ ਹੋ ਸਿੱਖਾਂ? ਜਦੋਂ ਤੁਸੀਂ BJP ਜਿਹੜੀ ਸਿੱਖਾਂ ਦੀ ਸਭ ਤੋਂ ਵੱਡੀ RSS ਦੁਸ਼ਮਣ ਹੈ ਉਹਦੇ ਤੁਸੀਂ ਸਹਿਯੋਗੀ ਹੋ, ਅਤੇ ਬੰਦੀ ਸਿੰਘ ਸਾਡੇ ਜੇਲ੍ਹਾਂ 'ਚ ਬੈਠੇ ਹੈ, 84 ਦੇ ਸਾਡੇ ਨਾਲ ਦਿੱਲੀ ਦਾ ਇਨਸਾਫ, 84 ਦੇ ਵਿੱਚ ਦਰਬਾਰ ਸਾਹਿਬ 'ਤੇ ਹਮਲੇ ਦਾ ਇਨਸਾਫ ਸਾਨੂੰ ਕਿਹਨੇ ਦਿੱਤਾ? ਅਤੇ ਬਾਦਲ ਕਿਆਂ ਨੇ ਤਾਂ 10 ਸਾਲ ਸੱਤਾ ਭੋਗੀ ਹੈ BJP ਨਾਲ ਰਲ ਕੇ ਸੈਂਟਰ ਦੇ ਵਿੱਚ, ਅਤੇ ਉਹ ਇਨਸਾਫ ਕਿਉਂ ਨਹੀਂ ਦਿੱਤਾ ਫਿਰ? ਜੇ ਇਹ ਪੰਥਕ ਹੈ ਤਾਂ ਫਿਰ ਇਹਨਾਂ ਨੇ ਪੰਥਕ ਹੋਣ ਦਾ ਸਬੂਤ ਕਿਉਂ ਨਹੀਂ ਦਿੱਤਾ? ਇਹ ਤਾਂ ਪਿਛਲੇ ਦਿਨੀ ਜਦੋਂ ਹਵਾਰਾ ਸਾਹਿਬ ਨੂੰ ਅਸੀਂ ਜਥੇਦਾਰ ਬਣਾਇਆ, ਇਹ ਤਾਂ ਕਹਿੰਦਾ ਸੀ ਇੱਕ ਅੱਤਵਾਦੀ ਕੌਮ ਨੂੰ ਕੀ ਸੇਧ ਦੇ ਸਕਦਾ? ਇਹ ਤਾਂ ਪੰਥਕ ਲੋਕਾਂ ਨੂੰ ਅੱਤਵਾਦੀ ਕਹਿੰਦੇ ਆ, ਇਹਨਾਂ ਦੇ ਵਿੱਚ ਗੁਣਤਾ ਦੱਸ ਦਿਓ ਕੀ ਹੈ?
ਤੁਸੀਂ ਮੈਨੂੰ ਐਂ ਦੱਸੋ ਪੰਥਕ ਗੁਣ ਕੀ ਹੈ, ਕਿਹੜਾ ਪੰਥਕ ਵਾਸਤੇ ਜਾਂ ਮੈਂ ਕਹੂੰ ਜਿਹੜੀ ਅੱਜ ਦੀ ਇਹਨਾਂ ਦੀ ਪਨੀਰੀ ਹੈ, ਅੱਜ ਕੋਈ ਬੰਟੀ ਲੀਡਰ, ਕੋਈ ਸ਼ਾਂਟੀ, ਕੋਈ ਰੋਮੀ, ਕੋਈ ਚੋਮੀ, ਅੱਗੇ ਜਥੇਦਾਰ ਹੁੰਦੇ ਸੀ, ਜਥੇਦਾਰ ਫਲਾਨਾ ਸਿਉਂ, ਜਥੇਦਾਰ ਦਸੌਂਦਾ ਸਿਉਂ, ਜਥੇਦਾਰ ਫਤਿਹ ਸਿੰਘ, ਅੱਗੇ ਜਥੇਦਾਰ ਹੁੰਦੇ ਸੀ, ਹੁਣ ਇਹ ਜਥੇਦਾਰ ਨਹੀਂ ਅਤੇ ਹੁਣ ਤਾਂ ਇਹ ਰੋਮੀ ਸ਼ੋਮੀ ਇਸ ਤਰ੍ਹਾਂ ਦੇ ਹੋ ਗਏ, ਪੌਂਟੀ ਚੱਡੇ ਫਲਾਨੇ ਧਿਮਕੇ, ਇਹਨਾਂ 'ਚ ਕੁਛ ਨਹੀਂ ਰਿਹਾ। ਹੁਣ ਇਹ ਸਿੱਖਾਂ ਸੁੱਖਾਂ ਦੀ ਨੁਮਾਇੰਦਗੀ ਨਹੀਂ ਕਰਦੇ, ਇਹਨਾਂ ਦੇ ਤੁਸੀਂ ਬੋਰਡ ਲੱਗੇ ਦੇਖ ਲਿਓ, ਉਹਦੇ 'ਚ ਤਾਂ ਸਿੰਘ ਹੀ ਨਹੀਂ ਹੁੰਦਾ ਨਾਂ ਦਾ, ਉਹਨਾਂ ਦੇ ਨਾਂ ਦੇ ਵਿੱਚ ਵਾਲੇ ਸਿੰਘ ਨਹੀਂ ਹੁੰਦਾ, ਉਹ ਤਾਂ ਕਹਿਣਗੇ ਫਲਾਨਾ ਰੋਜੀ ਬਰਕੰਦੀ, ਫਲਾਨਾ ਫਲਾਨਾ, ਇਸ ਤਰ੍ਹਾਂ ਦੇ ਹੁੰਦੇ ਇਹਨਾਂ ਦੇ ਨਾਂ ਤਾਂ। ਇਹਨਾਂ ਦੇ ਨਾਵਾਂ ਨੂਵਾਂ ਦਾ ਸਿੱਖ ਇਤਿਹਾਸ ਕਹਿੰਦੇ ਅਸੀਂ 13-0 ਲੈ ਕੇ ਜਾਵਾਂਗੇ, ਅਕਾਲੀ ਦਲ ਕਹਿੰਦਾ ਅਸੀਂ ਸਾਰੀਆਂ ਸੀਟਾਂ ਦਿੱਤਾਂਗੇ, ਨਹੀਂ ਚਲੋ ਉਹ ਪਤਾ ਲੱਗ ਜੂ 4 ਤਰੀਕ ਨੂੰ, ਵਧੀਆ ਗੱਲ ਹੈ, ਰਿਜ਼ਲਟ ਆ ਜਾਣਗੇ। ਇਹ ਸੀ ਸਿੱਖ ਆਗੂ ਪਰਮਿੰਦਰ ਸਿੰਘ ਬਾਰਿਆਂ ਲਈ, ਜੁੜੇ ਰਹੋ ਲੋਕਰਾਜ ਟੀਵੀ ਦੇ ਨਾਲ, ਧੰਨਵਾਦ।